ਸਤਨਾਕ ਵਾਖ ਗੁਰੂ ਸਾਹਿਬ ਜੀ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨੋਂ ਆਨੰਦ ਮਰਨੇ ਹੀ ਤੇ ਪਈ ਐ ਪੂਰਨ ਪਰਮ ਆਨੰਦ ਪਰਮ ਸਨਮਾਨ ਜੋਗ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨਾਂ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਵਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵਿਚਾਰ ਅੰਦਰ ਆਪਾਂ ਉਸ ਮਹਾਨ ਸੂਰਮੇ ਸਿਰੜੀ ਗੁਰਸਿੱਖ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਪਾਉਰੇ ਸਤਕਾਰਯੋਗ ਧੰਤਨ ਸ਼ਹੀਦ ਭਾਈ ਮਨੀ ਸਿੰਘ ਜੀ ਤਿਨਾਂ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਸਮਰਪਤ ਉਹਨਾਂ ਦੇ ਜੀਵਨ ਦੇ ਕੁਝ ਬੋਲ ਆਪ ਜੀ ਦੇ ਸਨਮੁਖ ਅਰਪਣ ਕਰਨੇ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਮਰਤਮਈ ਬਾਣੀ ਦਾ ਬਚਨ ਹੈ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਆਪਣੇ ਬਜ਼ੁਰਗਾਂ ਨੂੰ ਜਿਹੜੇ ਲੋਕ ਯਾਦ ਕਰਦੇ ਨੇ ਹਮੇਸ਼ਾ ਹੀ ਬਜ਼ੁਰਗਾਂ ਦੀਆਂ ਪਾਈਆਂ ਹੋਈਆਂ ਸੰਦਲੀ ਪੈੜਾਂ ਉਹਨਾਂ ਦੇ ਆਮ ਜੀਵਨ ਤੋਂ ਸਾਨੂੰ ਖਾਸ ਬਣਾ ਦਿਆ ਕਰਦੀਆਂ ਨੇ ਵਿਦਵਾਨ ਦਾ ਇੱਕ ਬੜਾ ਪਿਆਰਾ ਬੋਲ ਹੈ ਕਿ ਕਦੇ ਬਣਦਾ ਇਤਿਹਾਸ ਨਹੀਂ ਇਸ ਗੱਲੋਂ ਅਸੀਂ ਰਾਜਿਆਂ ਦੇ ਕਿੰਨੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ ਜਿਹੜੀਆਂ ਕੌਮਾਂ ਨੂੰ ਮਰਨ ਦਾ ਚੱਲ ਪੈ ਜਾਏ ਮੁੱਲ ਪੈਂਦਾ ਏ ਸਦਾ ਸ਼ਹੀਦੀਆਂ ਦਾ ਭਾਵੇਂ ਅੱਜ ਪੈ ਜਾਏ ਤੇ ਭਾਵੇਂ ਕੱਲ ਪੈ ਜਾਏ ਪਿਆਰੋ ਅੱਜ ਜਿਹੜੇ ਮਹਿਲਾਂ ਚ ਬੈ ਕੇ ਅਸੀਂ ਸੁੱਖ ਮਾਣ ਰਹੇ ਆਂ ਧਿਆਨ ਦੇਣਾ ਸਿੱਖੀ ਦਾ ਮਹਿਰ ਉਸਰਿਆ ਜ਼ਰੂਰ ਹੈ ਪਰ ਇਸ ਮਹਿਲ ਦੀਆਂ ਨੀਹਾਂ ਦੇ ਵਿੱਚ ਸਾਡੇ ਵਡੇਰਿਆਂ ਨੇ ਕਿੰਨੇ ਸਿਰ ਕੁਰਬਾਨ ਕੀਤੇ ਜਿਵੇਂ ਧਰਤੀ ਉੱਤੇ ਖੜੋਤਾ ਹੋਇਆ ਇੱਕ ਰੁੱਖ ਜਿਹੜਾ ਨਾ ਉਹ ਫੁੱਲ ਦਿੰਦਾ ਹੈ ਫਲ ਦਿੰਦਾ ਹੈ ਸ਼ਾਂ ਦਿੰਦਾ ਹੈ ਪਰ ਸੱਚ ਜਿਸ ਦਿਨ ਉਹ ਬੀਜਿਆ ਗਿਆ ਉਦੋਂ ਉਹਨੇ ਆਪਾ ਆਪ ਗਵਾਇਆ ਉਹਦੀਆਂ ਜੜਾਂ ਇਸ ਧਰਤੀ ਦੇ ਵਿੱਚ ਇਕਮਕ ਹੋਈਆਂ ਤੇ ਉਹ ਦੁਨੀਆ ਨੂੰ ਸ਼ਾਨ ਦੇਣ ਯੋਗ ਆ ਮੰਨਦਾ ਹੈ ਤੀਜੀ ਇੱਕ ਗੱਲ ਹੋਰ ਆਖਾਂ ਬੜੀ ਪਿਆਰੀ ਵਿਦਵਾਨ ਦੀ ਗੱਲ ਹੈ ਕਿ ਸਾਡਾ ਸਰੀਰ ਜਿਉਂਦਾ ਰਹਿੰਦਾ ਤਾਂ ਜੇ ਇਹਦੇ ਵਿੱਚ ਖੂਨ ਦੀ ਜਿਹੜੀ ਗਰਦਸ਼ ਹੈ ਬਲੱਡ ਜਿਹੜਾ ਉਹ ਇੱਕਸਾਰ ਜਿਹੜਾ ਉਹ ਚੱਲੀ ਜਾਂਦਾ ਹੈ ਸਰੀਰ ਵਿੱਚੋਂ ਖੂਨ ਦੀ ਕਮੀ ਹੋ ਜਾਣੀ ਘਟ ਜਾਣਾ ਸੈੱਲ ਘਟ ਜਾਣਾ ਤਨ ਕੱਲਾ ਰੋਗੀ ਨਹੀਂ ਹੁੰਦਾ ਕਈ ਵਾਰੀ ਤਨ ਮੁੱਕ ਜਾਂਦਾ ਹੈ ਜਿਹੜੀਆਂ ਕੌਮਾਂ ਦੀਆਂ ਜੜ੍ਹਾਂ ਦੇ ਵਿੱਚ ਸ਼ਹੀਦਾਂ ਦਾ ਖੂਨ ਨਾ ਹੋਵੇ ਧਿਆਨ ਦੇਣਾ ਉਹ ਕੌਮਾਂ ਸਦੀਵੀ ਨਹੀਂ ਜੋ ਸਕਦੀਆਂ ਇੱਕ ਨਾ ਇੱਕ ਦਿਨ ਉਹ ਕੌਮਾਂ ਦੁਨੀਆ ਤੋਂ ਮੁੱਕ ਜਾਂਦੀਆਂ ਨੇ ਸਰੀਰ ਜੀਂਦਾ ਹੈ ਖੂਨ ਦੀ ਗਰਦਸ਼ ਦੇ ਨਾਲ ਤੇ ਚੇਤਾ ਰੱਖਿਓ ਕੌਮਾਂ ਜਿਉਂਦੀਆਂ ਸ਼ਹੀਦਾਂ ਦੇ ਖੂਨ ਦੇ ਨਾਲ ਆਓ ਆਪਣਾ ਧਿਆਨ ਉਸ ਮਖਾਨ ਸੂਰਮੇ ਦੇ ਚਰਨਾਂ ਵਿੱਚ ਜੋੜੀਏ ਜਿੱਥੇ ਰੋਜ਼ ਹਰ ਗੁਰੂ ਦਾ ਸਿੱਖ ਅਰਜ਼ ਕਰਦਾ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ-ਬੰਦ ਕਟਵਾਏ ਜਦੋਂ ਬੰਦ-ਬੰਦ ਜੁਦਾ ਹੋਣ ਦੀ ਗੱਲ ਆਏਗੀ ਤੇ ਸਾਹਮਣੇ ਬਜ਼ੁਰਗ ਬਾਪੂ ਦਾ ਚਿਹਰਾ ਨਜ਼ਰ ਆਉਣਾ ਧੰਨ ਧੰਨ ਭਾਈ ਮਨੀ ਸਿੰਘ ਜੀ ਬਜ਼ੁਰਗਾਂ ਦੇ ਪਿਸ਼ੋਕੜ ਨੂੰ ਜਦੋਂ ਛਾਤੀ ਮਾਰ ਕੇ ਵੇਖਦੇ ਆਂ ਸਭ ਤੋਂ ਵਡੇਰੇ ਬਜ਼ੁਰਗ ਦਾ ਨਾਮ ਇਤਿਹਾਸ ਨੇ ਲਿਖਿਆ ਹੈ ਭਾਈ ਰਾਓ ਜੀ ਭਾਈ ਰਾਓ ਦਾ ਪੁੱਤ ਹੈ ਭਾਈ ਮੂਲਾ ਜੀ ਭਾਈ ਮੂਲੇ ਦਾ ਅੱਗੇ ਪੁੱਤ ਹੈ ਭਾਈ ਬੱਲੂ ਰਾਓ ਭਾਈ ਬੱਲੂ ਰਾਓ ਦਾ ਪੁੱਤ ਹੈ ਅੱਗੇ ਭਾਈ ਮਾਈ ਦਾਸ ਤੇ ਭਾਈ ਮਾਈ ਦਾਸ ਦੇ 12 ਪੁੱਤ ਹੈ 12 ਪੁੱਤਰਾਂ ਦੇ ਵਿੱਚੋਂ ਇੱਕ ਪੁੱਤ ਹੈ ਭਾਈ ਸਾਹ ਭਾਈ ਮਨੀ ਸਿੰਘ ਯਾਦ ਰੱਖਿਓ ਭਾਈ ਮਨੀ ਸਿੰਘ 12 ਭਰਾ ਦੇ 12 ਭਰਾਵਾਂ ਦੇ ਵਿੱਚੋਂ 11 ਸ਼ਹੀਦ ਹੈ। ਇੱਕ ਭਰਾ ਛੋਟੀ ਉਮਰੇ ਚੜਾਈ ਕਰ ਗਿਆ। ਭਾਈ ਮਨੀ ਸਿੰਘ ਦੇ 10 ਪੁੱਤਰ ਤੇ ਯਾਦ ਰਵੇ ਦਸਾਂ ਦੇ 10 ਸ਼ਹੀਦ ਜਿਸ ਮਖਾਨ ਗੁਰਸਿੱਖ ਦਾ ਸਾਰਾ ਜੀਵਨ ਵਾਚੀਏ। ਤੇ ਪਿਆਰ ਵਾਲੇ 53 ਦੇ ਕਰੀਬ ਇਸ ਪਰਿਵਾਰ ਦੇ ਉਹ ਮੈਂਬਰ ਹੈ ਜਿਹੜੇ ਗੁਰੂ ਕਲਗੀਆਂ ਵਾਲੇ ਔਰ ਗੁਰੂ ਦੀ ਬਖਸ਼ੀ ਹੋਈ ਸਿੱਖੀ ਦੀ ਆਣ ਤੇ ਸ਼ਾਨ ਲਈ ਕੁਰਬਾਨ ਹੋ ਗਏ। ਭਾਈ ਮਨੀ ਸਿੰਘ ਜਿਨ੍ਹਾਂ ਦਾ ਬਚਪਨ ਦਾ ਨਾਮ ਭਾਈ ਮਨੀ ਵੀ ਲਿਖਿਆ ਹੈ ਜਾਂ ਕੱਲਾ ਮਨੀਆ ਵੀ ਲਿਖਿਆ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਦਾਤੇ ਦੇ ਚਰਨਾਂ ਦੇ ਵਿੱਚ ਆਏ ਕਿਉਂਕਿ ਬਜ਼ੁਰਗ ਜਿਹੜੇ ਨੇ ਪਸ਼ੋਕੜ ਤੋਂ ਸਤਿਗੁਰੂ ਦੇ ਘਰ ਦੇ ਨਾਲ ਵੱਡੇ ਵਡੇਰੇ ਦਾਦੇ ਪੜਦਾਦੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜੇ ਹੋਏ ਨੇ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਆਪਣੇ ਬਾਪੂ ਦੀ ਉਂਗਲ ਪਕੜ ਕੇ ਭਾਈ ਮਾਈਂ ਦਾਸ ਦੀ ਉਂਗਲ ਪਕੜ ਕੇ ਸਤਿਗੁਰੂ ਦੇ ਚਰਨਾਂ ਵਿੱਚ ਗਏ ਗੁਰੂ ਦੇ ਘਰ ਦੇ ਵਿੱਚ ਜਿੱਦਣ ਸਿੱਖੀ ਮਾਣੀ ਨਾ ਹਰ ਇੱਕ ਸਿੱਖ ਨੂੰ ਸਤਿਗੁਰੂ ਦੇ ਘਰੋਂ ਇੱਕ ਉਪਦੇਸ਼ ਹੈ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿੰਨ ਕੋ ਨਦਰ ਕਰਮ ਹੋਵੇ ਹਿਰਦੈ ਤਿੰਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਖੋ ਘਰ ਰੰਗ ਜੱਪਿਓ ਸਾਰੰਗ ਪਾਣੀ ਤਖੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਜਿਹੜੇ ਬਾਣੀ ਨਾਲ ਜੁੜੇ ਜਿਹੜੇ ਨਾਮ ਨਾਲ ਜੁੜੇ ਤੇ ਸਤਿਗੁਰੂ ਆਂਦੇ ਐ ਹਰ ਕੇ ਸੰਤ ਜੱਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜੱਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਜਿਹੜੇ ਗੁਰੂ ਦੇ ਕੋਲ ਜਾ ਕੇ ਜਿਨ੍ਹਾਂ ਗੁਰੂ ਦੇ ਸਿਧਾਂਤ ਗੁਰੂ ਦੀ ਬਖਸ਼ੀ ਵਿਚਾਰ ਧਾਰਾ ਨੂੰ ਗੁਰੂ ਦੇ ਬਖਸ਼ੇ ਹੋਏ ਕਾਇਦੇ ਨੂੰ ਕਾਨੂੰਨ ਨੂੰ ਸਿਧਾਂਤ ਨੂੰ ਆਪਣੀ ਜ਼ਿੰਦਗੀ ਚ ਢਾਲ ਲਿਆ ਯਾਦ ਰੱਖਿਓ ਗੁਰੂ ਦੇ ਚਰਨਾਵਰਗੇ ਬਣ ਕੇ ਭਾਈ ਮਨੀ ਸਿੰਘ ਨੂੰ ਸਤਗੁਰੂ ਦੇ ਘਰੋਂ ਇੱਕ ਉਪਾਧੀ ਮਿਲੀ ਦੀਵਾਨ ਦੀ ਦੀਵਾਨ ਮੈਨਾ ਜਿਹੜੇ ਮਹਾਰਾਜ ਦੇ ਬਹੁਤ ਨੇੜਲੇ ਬੜੇ ਮੁਖੀ ਸੇਖ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾ ਵਿੱਚ ਰਹਿੰਦੇ ਆ ਸਿੱਖੀ ਨੂੰ ਮਾਣਿਆ ਸਮਝਿਆ ਤੇ ਸਤਗੁਰੂ ਦੀ ਸ਼ਹਾਦਤ ਦੇ ਪੱਖ ਨੂੰ ਆਪਣੇ ਤਨ ਦੇ ਉੱਤੇ ਹੰਡਾਇਆ। ਵੇਲਾ ਆਇਆ ਦਸਮ ਪਿਤਾ ਬਾਜਾਂ ਵਾਲੇ ਸਹਿਬ ਦਾ। ਧਨ ਭਾਈ ਮਨੀ ਸਿੰਘ ਬਾਜਾਂ ਵਾਲੇ ਦੇ ਚਰਨਾਂ ਨਾਲ ਜੁੜੇ। ਤੇ ਸਤਗੁਰੂ ਦੇ ਚਰਨਾਂ ਵਿੱਚੋਂ ਸਿੱਖੀ ਦੇ ਗੁਰ ਸਿੱਖਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋ ਦੀਵਾਨ ਹੈ। ਇੱਕ ਦੀਵਾਨ ਹੈ ਸਤਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ। ਦੂਜੇ ਦੀਵਾਨ ਹੈ ਮੋਗੇ ਇਲਾਕੇ ਦਾ ਪਿੰਡ ਹੈ ਵੱਡਾ ਘਰ। ਵੱਡੇ ਘਰ ਦੇ ਵਿੱਚ ਇੱਕ ਬਜ਼ੁਰਗ ਹੈ ਭਾਈ ਉਮਰ ਸ਼ਾਹ ਗੁਰੂ ਅਰਜਨ ਦੇਵ ਸਾਹਿਬ ਦਾ ਸਿੱਖ ਭਾਈ ਉਮਰ ਸ਼ਾਹ ਦਾ ਪੋਤਰਾ ਹੈ ਭਾਈ ਨੰਦ ਚੰਦ ਭਾਈ ਨੰਦ ਚੰਦ ਵੀ دیਵਾਨ ਹੈ ਜਿਹੜਾ ਜਲੰਧਰ ਜ਼ਿਲ੍ਹੇ ਦੇ ਪਿੰਡ ਕਾਲੇ ਸੰਘਿਆਂ ਦੇ ਵਿੱਚ ਜਿਸ ਦਾ ਅਖੀਰਲਾ ਸਮਾਂ ਬੀਤਿਆ ਔਰ ਇੱਥੇ ਸੰਸਕਾਰ ਹੋਇਆ ਖੈਰ ਭਾਈ ਸਾਹਿਬ ਭਾਈ ਮਨੀ ਸਿੰਘ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਉਹਨਾਂ ਨੇ ਸਫਲ ਕਰਨਾ ਸ਼ੁਰੂ ਕੀਤਾ ਕੁਝ ਕੁ ਕਟਨਾਵਾਂ ਮੈਂ ਅਰਜ਼ ਕਰਨੀਆਂ ਚਾਹੁੰਨਾ ਕਿਉਂਕਿ ਇਹਨਾਂ ਗੁਰਸਿੱਖਾਂ ਦਾ ਜੀਵਨ ਕਾਲ ਬਹੁਤ ਲੰਮੇਰਾ ਤੇ ਇਹਨਾਂ ਕੁਝ ਗੁਰਸਿੱਖੀ ਲਈ ਇਹਨਾਂ ਨੇ ਕੀਤਾ ਪਿਆਰ ਵਾਲਿਓ ਜਿਹੜਾ ਲਫ਼ਜ਼ ਕਿਸੇ ਲਈ ਗੁਰਮਖ ਕਹਿਣਾ ਗੁਰਸਿੱਖ ਕਹਿਣਾ ਅਸਲ ਦੇ ਵਿੱਚ ਇਹਨਾਂ ਦੇ ਜੀਵਨ ਵੱਲ ਵੇਖ ਜੀਵਨ ਨੂੰ ਪੜਦਿਆਂ ਵੇਖ ਕੇ ਗੁਰਸਿੱਖੀ ਲਫ਼ਜ਼ ਟੁੱਕਦਾ ਹੈ ਕਿਉਂਕਿ ਗੁਰਸਿੱਖੀ ਦਾ ਪੱਖ ਚੋਲਿਆਂ ਦਾ ਨਾਂ ਨਹੀਂ ਤਨ ਤੇ ਪਾਏ ਹੋਏ ਚਿੱਟੇ ਕੱਪੜਿਆਂ ਦਾ ਨਾਂ ਨਹੀਂ ਤੁਰਿਆ ਫਿਰਦਾ ਕੋਈ ਸਰੂਪ ਲੈ ਕੇ ਉਹਦਾ ਨਾ ਨਹੀਂ ਅਸਲ ਵਿੱਚ ਕਰਨੀ ਜੀ ਦੀ ਗੁਰਸਿੱਖਵਾਲੀ ਹੈ ਉਹ ਸਤਿਗੁਰੂ ਦੇ ਚਰਨਾਂ ਦੇ ਨਾਲ ਇਕਮਿਕ ਹੋ ਜਾਂਦਾ ਹੈ ਭਾਈ ਮਨੀ ਸਿੰਘ ਸਮਾਂ ਆਉਂਦਾ ਜਦੋਂ ਗੁਰੂ ਘਰ ਦੇ ਨਾਲ ਗੁਰੂ ਹਰ राय ਸਾਹਿਬ ਵੇਲੇ ਬਾਬਾ RAM ਰਾਏ ਵੱਖਰਾ ਹੋਇਆ ਦਿੱਲੀ ਤੋਂ ਬਾਬੇ RAM ਰਾਏ ਨੂੰ ਦੇਹੜਾ ਧੂਨ ਦਾ ਇਲਾਕਾ ਮਿਲ ਗਿਆ ਦੇੜਾ ਦੂਨ ਦੀ ਧਰਤੀ ਤੇ ਜਿਸ ਵੇਲੇ ਬਾਬਾ ਰਾਮ ਰਾਏ ਜੀ ਚੜ੍ਹਾਈ ਕਰ ਗਏ ਤੇ ਇੱਕ ਮਸੰਦ ਹੈ ਜਿਹਦਾ ਵੱਡਾ ਇਸ ਕੰਮ ਵਿੱਚ ਜਿਨੇ ਭੂਮਿਕਾ ਨਿਭਾਈ ਬਾਬਾ ਰਾਮ ਰਾਏ ਸਾਹਿਬ ਦਾ ਮਾਨੋ ਇੱਕ ਤੌਰ ਤੇ ਕਤਲ ਕੀਤਾ ਗਿਆ ਬਾਬਾ ਰਾਮ ਰਾਏ ਜੀ ਦੀ ਅਰਦਾਸ ਤੇ ਮਾਤਮ ਪੁਰਸ਼ੀ ਤੇ ਕਲਗੀਆਂ ਵਾਲੇ ਸਤਿਗੁਰੂ ਆਪ ਗਏ ਦੇੜਾ ਦੂਨ ਜਦੋਂ ਮਹਾਰਾਜ ਦੇੜਾ ਦੂਨ ਦੀ ਧਰਤੀ ਤੇ ਆਪੜੇ ਭੋਗ ਪਿਆ ਅਰਦਾਸ ਸੁਣਨ ਲੱਗੀ ਤਾਂ ਮਹਾਰਾਜ ਆਪਣੇ ਸੇਵਕ ਭਾਈ ਆਨੰਦ ਚੰਦ ਨੂੰ ਕਹਿੰਦੇ ਆ RAM ਰਾਏ ਦੀ ਅਰਦਾਸ ਕਰੋ ਉਹ ਗੁਰੂ ਦੇ ਘਰ ਵੱਲੋਂ ਬਖਸ਼ਿਆ ਗਿਆ ਜਦੋਂ ਇਹ ਗੱਲ ਆਈ ਤੇ ਇੱਕ ਮਸੰਦ ਨੇ ਬੜੇ ਭੜੇ ਬੋਲ ਬੋਲੇ ਭਾਈ ਮਨੀ ਸਿੰਘ ਨੇ ਉੱਠ ਕੇ ਗੁਰਸਿੱਖੀ ਵਾਲੀ ਇੱਕ ਕਰਮ ਨਿਭਾਇਆ ਕਿ ਜੋ ਮਰਜ਼ੀ ਹੋ ਜਾਏ ਬੇਸ਼ੱਕ ਇਹ ਤੇਰਾ ਇਲਾਕਾ ਹੈ ਭਾਵੇਂ ਤੁਹਾਡੀ ਮਲਕੀਅਤ ਤੇ ਭਾਵੇਂ ਕੋਝ ਹੈ ਪਰ ਅਸੀਂ ਗੁਰੂ ਦੇ ਪ੍ਰਤੀ ਬੋਲੇ ਹੋਏ ਅਪ ਸ਼ਬਦ ਨਾ ਕਦੇ ਕਹਿੰਨੇ ਆ ਨਾ ਕਦੇ ਸੁਣਦੇ ਆ ਤੇ ਨਾ ਕਦੀ ਕਿਸੇ ਨੂੰ ਕਹਿਣ ਦੇਨੇ ਆ ਦੂਜੀ ਵਾਰ ਪੰਗਾਣੀ ਦਾ ਜਿਹੜਾ ਯੁੱਧ ਹੋਇਆ ਪੰਗਾਣੀ ਦੇ ਯੁੱਧ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਬਾਖਮਾਲ ਬਹਾਦਰੀ ਦਿਖਾਈ ਤੇ ਪਹਿਲਾ ਯੋਧ ਆਪਣੀ ਜ਼ਿੰਦਗੀ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਪੰਗਾਣੀ ਦਾ ਲੜਿਆ ਦੂਸਰਾ ਯੁੱਧ ਤੇ ਤੀਜੀ ਘਟਨਾ ਬਣ ਜਾਂਦੀ ਹੈ ਇੱਕ ਯੁੱਧ ਹੁੰਦਾ ਪਿਆਰ ਵਾਲਿਓ ਨਦੌਮ ਦਾ ਨਦੌਨ ਦਾ ਜਿਹੜਾ ਜੰਗ ਹੈ ਉਹਦੇ ਵਿੱਚ ਸਤਿਗੁਰੂ ਦਾ ਕਿਸੇ ਦੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈ ਅਸਲ ਵਿੱਚ ਨਦੌਨ ਦੀ ਜੰਗ ਮੁਗਲਾਂ ਤੇ ਪਹਾੜੀ ਰਾਜਿਆਂ ਦੇ ਵਿਚਕਾਰ ਹੁੰਦੀ ਹੈ ਭਾਈ ਮਨੀ ਸਿੰਘ ਉਥੇ ਸਤਿਗੁਰੂ ਦੇ ਘਰ ਵੱਲੋਂ ਲੜਦੇ ਆ ਤੇ ਜਿਹੜੇ ਆਏ ਹੋਏ ਚੜ ਕੇ ਲੋਕ ਹੈ ਉਹਨਾਂ ਨੂੰ ਭਾਜੜਾ ਪਾਉਂਦੇ ਸਮਾ ਆਪਣੀ ਚਾਲੇ ਫਿਰ ਤੁਰਦਾ ਗਿਆ ਯਾਦ ਰਵੇ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਭਾਈ ਸਭ ਭਾਈ ਮਨੀ ਸਿੰਘ ਦੋਨੋਂ ਸਹਿ ਪਾਠੀ ਆ ਭਾਵ ਕਲਾਸ ਫੈਲੋ ਇਹਨਾਂ ਦੋਨੋਂ ਗੁਰੂ ਕੇ ਲਾਲਾ ਨੇ ਕਲਗੀਆਂ ਵਾਲੇ ਦੇ ਚਰਨਾਂ ਵਿੱਚੋਂ ਸਤਿਗੁਰੂ ਦੇ ਮੁਬਾਰਕ ਹੱਥਾਂ ਦੇ ਵਿੱਚੋਂ ਅੰਮ੍ਰਿਤ ਪਾਨ ਕੀਤਾ ਭਾਈ ਦੀਪਾ ਬਣਿਆ ਦੀਪ ਸਿੰਘ ਬਾਬਾ ਦੀਪ ਸਿੰਘ ਕਰਕੇ ਜਿਨ੍ਹਾਂ ਨੂੰ ਕੌਮ ਯਾਦ ਕਰਦੀ ਹੈ ਤੇ ਭਾਈ ਮਨੀਆ ਅੰਮ੍ਰਿਤ ਦੀ ਦਾਤ ਲੈ ਕੇ ਬਣੇ ਭਾਈ ਸਭ ਭਾਈ ਮਨੀ ਸਿੰਘ ਇੱਥੇ ਬੜੀ ਵੱਡੀ ਇੱਕ ਸੇਵਾ ਭਾਈ ਮਨੀ ਸਿੰਘ ਨਿਭਾਉਂਦੇ ਆ ਅੰਮ੍ਰਿਤਮਈ ਬਾਣੀ ਜਿਹਦੀਆਂ ਬਹੁਤ ਪੋਥੀਆਂ ਸਾਹਿਬ ਗੁਟਕੇ ਸਾਹਿਬ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਲੈ ਕੇ ਦੂਰ ਦੂਰ ਤੱਕ ਸਿੱਖੀ ਦੇ ਪ੍ਰਚਾਰ ਹਿਤ ਸਿੱਖਾਂ ਪਿਆਰਿਆਂ ਨੂੰ ਗੁਰਸਿੱਖਾਂ ਨੂੰ ਹੋਰ ਲੋਕਾਂ ਨੂੰ ਅੰਮ੍ਰਿਤਮਈ ਬਾਣੀ ਦਾ ਖਜ਼ਾਨਾ ਜਿਹੜਾ ਉਹ ਵੰਡਿਆ ਪਿਆਰਿਓ ਸਮਾਂ ਐਵੇਂ ਤੁਰਦਾ ਜਾਂਦਾ ਇਸ ਘਰ ਦੇ ਵਿੱਚ ਕਈ ਜੰਗਾਂ ਕਈ ਘਟਨਾਵਾਂ ਕਈ ਉਤਰਾ ਚੜਾਹਾ ਚਲਦੇ ਆ ਔਰ ਹਰ ਇੱਕ ਪੱਖ ਨੂੰ ਗੁਰੂ ਦੀ ਨਜ਼ਰੇ ਭਾਈ ਮਨੀ ਸਿੰਘ ਨੇ ਉਸ ਛਾਂ ਵਿੱਚ ਬਹਿ ਕੇ ਮਾਣਿਆ ਕਿ ਜੋ ਮਰਜੀ ਹੋ ਜਾਏ ਸਤਗੁਰੂ ਨੇ ਸਿੱਖੀ ਨੂੰ ਬੜੀ ਵੱਡੀ ਰਹਿਮਤ ਬਖਸ਼ਿਸ਼ ਕੀਤੀ ਸੰਨ 1704 ਈਸਵੀ ਆਉਂਦਾ ਜਿਸ ਦਿਨ ਮਹਾਰਾਜ ਆਨੰਦਪੁਰ ਦਾ ਕਿਲਾ ਛੱਡਦੇ ਆ ਭਾਈ ਮਨੀ ਸਿੰਘ ਦੀ ਵੱਡੀ ਡਿਊਟੀ ਲੱਗੀ ਹਜ਼ੂਰ ਦੇ ਪਰਿਵਾਰ ਦੇ ਨਾਲ ਭਾਈ ਮਨੀ ਸਿੰਘ ਸਰਸਾ ਨਦੀ ਦੇ ਕੰਢੇ ਉੱਤੇ ਜਦੋਂ ਵਿਛੋੜਾ ਪੈਂਦਾ ਇੱਕ ਪਾਸੇ ਬਜ਼ੁਰਗ ਮਾਤਾ ਮਾਂ ਗੁਜਰ ਕੌਰ ਤੇ ਛੋਟੇ ਸਹਿਬਜ਼ਾਦੇ ਇੱਕ ਪਾਸੇ ਜਾਂਦੇ ਆ ਦੂਜੇ ਪਾਸੇ ਕਲਗੀਆਂ ਵਾਲੇ ਸਤਿਗੁਰੂ ਵੱਡੇ ਸਹਿਬਜ਼ਾਦੇ ਤੇ 40 ਦੇ ਕਰੀਬ ਸਿੱਖ ਸਰਸਾ ਨੂੰ ਪਾਰ ਕਰਦੇ ਆ ਕੁਝ ਸਿੱਖ ਸਰਸਾ ਦੇ ਵਿੱਚ ਰੁੜਦੇ ਨਜ਼ਰ ਆਏ ਇੱਕ ਹਿੱਸੇ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਭਾਈ ਜਵਾਰ ਸਿੰਘ ਅਰੋੜਾ ਸਤਿਗੁਰੂ ਮਹਾਰਾਜ ਜੀ ਦੇ ਮਹਿਰ ਸਤਕਾਰ ਯੋਗ ਮਾਤਾ ਸੁੰਦਰ ਕੌਰ ਜੀ ਔਰ ਮਾਤਾ ਸੈਬ ਕੌਰ ਜੀ ਤੇ ਇੱਕ ਉਹਨਾਂ ਦੀਆਂ ਅੱਗੇ ਦਾਸੀਆਂ ਆਇਆ ਮਾਈ ਬੀਬੋ ਤੇ ਪਾਗੋ ਇਹ ਸਾਰੇ ਵੱਖਰੇ ਹੋ ਕੇ ਇੱਕ ਪਾਸੇ ਨੂੰ ਚਲੇ ਗਏ ਉਹਨਾਂ ਦਾ ਇਤਿਹਾਸ ਕਹਿੰਦੇ ਆ ਨਾਲ ਇਹ ਵੀ ਅਰਸ ਕਰਦਾ ਜਾਵਾਂ ਗੁਰੂ ਪਿਆਰ ਵਾਲਿਓ ਜਦੋਂ ਵੀ ਜ਼ਿੰਦਗੀ 'ਚ ਸਮਾਂ ਲੱਗਦਾ ਇਹਨਾਂ ਅਸਥਾਨਾਂ 'ਤੇ ਬਹਿ ਕੇ ਕਦੀ ਉਹਨਾਂ ਪਲਾਂ ਨੂੰ ਮਾਨਣ ਦਾ ਯਤਨ ਕਰਿਓ ਵੀ ਕਿਹੈਸਾ ਸਮਾਂ ਹੋਏਗਾ ਜਿਸ ਦਿਨ ਪਰਿਵਾਰ ਖੇਰੂ ਖੇਰੂ ਹੋਇਆ ਭਾਈ ਮਨੀ ਸਿੰਘ ਰੋਪੜ ਦੀ ਧਰਤੀ ਤੇ ਇੱਕ ਅਸਥਾਨ ਹੈ ਉੱਚਾ ਢੋੜਾ ਅੱਜ ਉਹ ਗੁਰਸਿੱਖ ਪਿਆਰਿਆਂ ਨੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਹੁਣਾ ਅਸਥਾਨ ਲੱਭਿਆ ਇੱਥੇ ਭਾਈ ਮਨੀ ਸਿੰਘ ਹਜ਼ੂਰ ਦੇ ਮਹਿਲ ਤੇ ਹੋਰ ਗੁਰਸਿੱਖ ਅੱਜ ਦੀ ਅਗਲੀ ਰਾਤ ਤੇ ਦਿਨ ਇੱਥੇ ਬਤਾਉਂਦੇ ਨੇ ਔਰ ਇੱਥੇ ਰਹਿ ਕੇ ਇਥੋਂ ਫਿਰ ਦਿੱਲੀ ਵਾਲੇ ਪਾਸੇ ਨੂੰ ਪਿਆਨਾ ਕਰ ਜਾਂਦੇ ਨੇ ਭਾਈ ਮਨੀ ਸਿੰਘ ਜੀ ਨੂੰ ਗੁਰ ਪਰਿਵਾਰਾਂ ਆਖਿਆ ਕਿ ਭਾਈ ਸਾਹਿਬ ਤੁਸੀਂ ਬਹੁਤ ਲੰਮਾ ਸਮਾਂ ਸਤਗੁਰੂ ਦੇ ਘਰ ਦੇ ਨਾਲ ਰਹੇ ਹੋ ਪਤਾ ਕੀਤਾ ਜਾਣਾ ਚਾਹੀਦਾ ਹੈ ਕਲਗੀਆਂ ਵਾਲੇ ਸੈਨਚਾ ਇਸ ਵੇਲੇ ਕਿੱਥੇ ਹੋਣਗੇ ਭਾਈ ਮਨੀ ਸਿੰਘ ਜੀ ਨੇ ਆਪਣੇ ਸੂਏ ਭੇਜੇ ਆ ਪਾਸੇ-ਪਾਸਿਓਂ ਪਤਾ ਕੀਤਾ ਕਿ ਸਤਗੁਰੂ ਮਹਾਰਾਜ ਸਾਬੋ ਕੀ ਤਲਵੰਡੀ ਬਠਿੰਡੇ ਦੀ ਧਰਤੀ ਤੇ ਜਿਹੜਾ ਸਾਡਾ ਅਜ ਤੱਕ ਤਖਤ ਹੈ ਤਖਤ ਸ੍ਰੀ ਦਮਦਮਾ ਸਾਹਿਬ ਉੱਥੇ ਬਿਰਾਜਮਾਨ ਹੈ ਭਾਈ ਮਨੀ ਸਿੰਘ ਗੁਰੂ ਪਰਿਵਾਰ ਨੂੰ ਲੈ ਕੇ ਦਮਦਮਾ ਸਾਹਿਬ ਆਉਂਦੇ ਨੇ ਜਿਸ ਵੇਲੇ ਆ ਕੇ ਬੈਠੇ ਸੰਗਤ ਦੇ ਵਿੱਚ ਦੀਵਾਨ ਸਜਿਆ ਤੇ ਪਹਿਲਾ ਸਵਾਲ ਮਾਂ ਸੁੰਦਰ ਕੌਰ ਕੀਤਾ। ਹਜ਼ੂਰ ਨੂੰ ਹੱਥ ਜੋੜ ਕੇ ਪੁੱਛਿਆ ਮਾਲਕ ਸੱਸ ਮਾਂ ਨਜ਼ਰ ਨਹੀਂ ਆ ਰਹੇ। ਸੱਚੇ ਪਾਤਸ਼ਾਹ ਚਾਰੇ ਸਹਿਬਜ਼ਾਦਿਆਂ ਦੇ ਵਿੱਚੋਂ ਕੋਈ ਵੀ ਨਜ਼ਰ ਨਹੀਂ ਆ ਰਿਹਾ ਤੇ ਕਲਗੀਆਂ ਵਾਲੇ ਮਹਾਰਾਜ ਅੱਖਾਂ ਬੰਦੀਆਂ ਤੇ ਮੁਸਕਰਾਉਂਦੇ ਆਂ ਬਸ ਇੱਕ ਹੱਥਾਂ ਦਾ ਇਸ਼ਾਰਾ ਕੀਤਾ। ਮਾਂ ਫਿਰ ਦੂਜੀ ਵਾਰੀ ਬੇਨਤੀ ਕੀਤੀ ਮਹਾਰਾਜ ਮੈਂ ਤੁਹਾਡੇ ਬਚਨਾਂ ਨੂੰ ਸਮਝ ਨਹੀਂ ਆ। ਪਰ ਮੈਂ ਗੱਲ ਕਰਦੀ ਆ ਵੱਡੇ ਸਹਿਬਜ਼ਾਦਿਆਂ ਦੀ ਛੋਟੇ ਸਹਿਬਜ਼ਾਦਿਆਂ ਦੀ ਤੇ ਕਲਗੀਆਂ ਵਾਲੇ ਨੇ ਉੱਥੇ ਬੈਠਿਆਂ ਇੱਕ ਬਚਨ ਆਖਿਆ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸਤ ਚਾਰ ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ ਇੱਕ ਧਿਆਨ ਦੇਣਾ ਪਿਆਰ ਵਾਲਿਓ ਜਦੋਂ ਇਹ ਗੱਲ ਚੱਲਦੀ ਆ ਨਾ ਵੀ ਇਨ ਪੁੱਤਰਨ ਕੇ ਸੀਸ ਪਰ ਆਪਣੀ ਜ਼ਿੰਦਗੀ ਨੂੰ ਇੱਕ ਸਵਾਲ ਜ਼ਰੂਰ ਕਰਿਓ ਵੀ ਕਨ ਪੁੱਤਰਨ ਕੇ ਸੀਸ ਪਰ ਕੌਣ ਬੈਠਾ ਸੀ ਉੱਥੇ ਜੀਦੇ ਵੱਲ ਵੇਖ ਕੇ ਮਹਾਰਾਜ ਨੇ ਕਿਹਾ ਹੋਵੇ ਇਨ ਪੁੱਤਰਨ ਕੇ ਸੀਸ ਪਰ ਜਦੋਂ ਅਜ ਆਪਣੀ ਗੱਲ ਆਏਗੀ ਨਾ ਧਿਆਨ ਦੇਣਾ ਸਾਡਾ ਚਿਹਰਾ ਮੂਰਾ ਬੇਸ਼ੱਕ ਅਸੀਂ ਕਹਿੰਨੇ ਉਦਾਂ ਦਾ ਹੋਵੇ ਪਰ ਪਿਆਰ ਵਾਲਿਓ ਕੱਲੀ ਸਤਗੁਰੂ ਮਹਾਰਾਜ ਦੇ ਘਰ ਦੇ ਵਿੱਚ ਸਿੱਖੀ ਦੀ ਗੱਲ ਨਹੀਂ ਹੈ ਮਹਾਰਾਜ ਰਹਿਤ ਨੂੰ ਵੀ ਸਭ ਤੋਂ ਵੱਡੀ ਰਹਿਮਤ ਬਖਸ਼ੀ ਕਿ ਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਾਹੀਂ ਜ਼ਰੂਰੀ ਇਹ ਵੀ ਰਹਿਤ ਹੋਵੇ ਤੇ ਜਦੋਂ ਆਖਿਆ ਨਾ ਇਨ ਪੁੱਤਰਨ ਕੇ ਸੀਸ ਪਰ ਸੁਭਾਵਕੇ ਸਾਹਮਣੇ ਬੈਠੇ ਹੋਣਗੇ ਭਾਈ ਸਾਹਿਬ ਭਾਈ ਮਨੀ ਸਿੰਘ ਭਾਈ ਸਾਹਿਬ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਬਾ ਦੀਪ ਸਿੰਘ ਵਰਗੇ ਮਖਾਨ ਯੋਧੇ ਜਿਹੜੇ ਇੱਕ ਬੋਲ ਤੇ ਮਾਲਕ ਦੇ ਚਰਨਾਂ ਤੋਂ ਸਭ ਕੁਝ ਵਾਰ ਦੇਣ ਵਾਲੇ ਨੇ ਇੱਕ ਬੋਲ ਤੇ ਮਾਲਕ ਦੇ ਚਰਨਾਂ ਤੋਂ ਸਭ ਕੁਝ ਵਾਰ ਦੇਣ ਵਾਲੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਪਿਆਰ ਬਖਸ਼ਿਆ ਮਹਾਰਾਜ ਇੱਕ ਬੜੀ ਵੱਡੀ ਸੇਵਾ ਲਾਈ ਭਾਈ ਸਾਹਿਬ ਭਾਈ ਮਨੀ ਸਿੰਘ ਹਰਾਂ ਦੀ ਮਹਾਰਾਜ ਆਖਿਆ ਭਾਈ ਮਨੀ ਸਿੰਘ ਕਰਤਾਰਪੁਰ ਸਾਹਿਬ ਦੀ ਧਰਤੀ ਜ਼ਿਲ੍ਹਾ ਜਲੰਧਰ ਤੁਸੀਂ ਉੱਥੇ ਜਾਓ ਸਾਡੇ ਬਜ਼ੁਰਗਾਂ ਦਾ ਔਰ ਸਿੱਖੀ ਕੌਮ ਦੀ ਇੱਕ ਵੱਡੀ ਵਿਰਾਸਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪਾਵਨ ਸਰੂਪ ਪੰਜਵੇਂ ਪਾਤਸ਼ਾਹ ਵੇਲੇ ਦੀ ਲਿਖਤ ਉੱਥੇ ਮੌਜੂਦ ਹੈ ਧੀਰਮਲੀਆਂ ਦੇ ਪਰਿਵਾਰ ਕੋਲੋਂ ਲੈ ਕੇ ਆਓ ਧਿਆਨ ਦੇਣਾ ਧੀਰਮਲ ਜਿਹੜਾ ਸਨ 1687 ਈਸਵੀ ਦੇ ਵਿੱਚ ਇਸ ਦੁਨੀਆ ਤੋਂ ਖਤਮ ਹੋ ਗਿਆ ਧੀਰਮਲੀਆਂ ਦੇ ਅੱਗੇ ਪਰਿਵਾਰ ਦੇ ਕੁਝ ਮੈਂਬਰ ਹੈ ਜਿੱਥੇ ਆ ਕੇ ਸਰੂਪ ਦੀ ਮੰਗ ਕੀਤੀ ਤੇ ਅੱਗੇ ਇੱਕ ਮਜ਼ਾਕ ਭਰੇ ਬੋਲ ਇਹਨਾਂ ਲੋਕਾਂ ਆਖੇ ਜੇ ਤੁਹਾਡਾ ਗੁਰੂ ਇੰਨਾ ਹੀ ਕਿਰਪਾਵਾਨ ਹੈ ਵੱਡਾ ਫਿਰ ਉਹ ਆਪੇ ਕਿਉਂ ਨਹੀਂ ਬਾਣੀ ਲਿਖ ਲੈਂਦਾ ਭਾਈ ਸਾਹਿਬ ਭਾਈ ਮਨੀ ਸਿੰਘ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਬਚਨ ਆਖੇ ਸੱਚੇ ਪਾਤਸ਼ਾਹ ਜੀਓ ਉਹਨਾਂ ਲੋਕਾਂ ਦੇ ਇਹ ਲਫ਼ਜ਼ ਕਹੇ ਨੇ ਪਰ ਮੈਂ ਸੁਣ ਕੇ ਆ ਗਿਆ ਪਰਮਾਨਕ ਮੈਨੂੰ ਇਹ ਪਤਾ ਹੈ ਮੈਂ ਤੁਹਾਡੇ ਚਰਨਾਂ 'ਚ ਲਮੇਰੇ ਸਮੇਤ ਹੋ ਰਿਹਾ ਕਿਰਪਾ ਕਰੋ ਇਹ ਕੌਮ ਦਾ ਖਜ਼ਾਨਾ ਤੇ ਕੌਮ ਨੂੰ ਬਖਸ਼ਿਆ ਜਾਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਵਾਲਿਓ ਅੱਜ 1430 ਅੰਗਾਂ ਵਾਲੇ ਸਰੂਪ ਨੂੰ ਜਿਹਨੂੰ ਸਮੁੱਚੀ ਮਾਨਵਤਾ ਸਜਦਾ ਕਰਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਸਰੂਪ ਜਿਹੜਾ ਉਹ ਗੁਰੂ ਅਰਜਨ ਦੇਵ ਸਾਹਿਬ ਨੇ ਭਾਈ ਗੁਰਦਾਸ ਕੋਲ ਲਿਖਵਾਇਆ ਦੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਪਾਦਕ ਹੈ ਤੇ ਦੋ ਹੀ ਮਹਾਰਾਜੀ ਦੇ ਲਿਖਣਾਰੇ ਹੈ ਰਾਈਟਰ ਹੈ ਪਹਿਲੀ ਵਾਰ ਲਿਖਾਉਣ ਵਾਲੇ ਗੁਰੂ ਅਰਜਨ ਦੇਵ ਸਾਹਾਵਾ ਲਿਖਣ ਵਾਲੇ ਭਾਈ ਗੁਰਦਾਸ ਹੈ ਉਸ ਸਰੂਪ ਦੇ ਅੰਗ ਹੈ 974 ਉਹਦੇ ਵਿੱਚ ਨਵੇਂ ਸਤਗੁਰੂ ਦੀ ਬਾਣੀ ਨਹੀਂ ਦੂਜਾ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ੁਬਾਨੀ ਲਿਖਵਾਇਆ ਅਖਾ ਮੰਦ ਸਤਗੁਰੂ ਇੱਕ ਓੰਕਾਰ ਤੋਂ 18 10 20 ਤੱਕ ਰੱਬੀ ਬਾਣੀ ਉਚਾਰੀ ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਰਾਣੇ ਇਹ ਪਾਵਨ ਸਰੂਪ ਜਿਹੜਾ ਜਿਹਨੂੰ ਅੱਜ ਕੌਮ ਸਜਦਾ ਕਰਦੀ ਹੈ ਇਹਦੇ ਲਿਖਣ ਹਾਰੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਇੱਥੇ ਬੈਠ ਮਹਾਰਾਜ ਨੇ ਇਸ ਅੰਮ੍ਰਿਤਮਈ ਬਾਣੀ ਇਸ ਸਰੂਪ ਤੋਂ ਇੱਕ ਪਾਠ ਮਹਾਰਾਜ ਨੇ ਕਰਵਾਇਆ ਭਾਵ ਬਾਣੀ ਅੰਮ੍ਰਿਤਮਈ ਬਾਣੀ ਪੜ੍ਹੀ ਗਈ ਸਤਿਗੁਰੂ ਨੇ ਅਰਥ ਬੋਧ ਸਿੱਖਾਂ ਨੂੰ ਕਰਵਾਏ ਔਰ ਇਹ ਬਾਣੀ ਨੂੰ ਸੁਣ ਕੇ ਬਾਣੀ ਨਾਲ ਬਾਣੀ ਦੇ ਨਾਲ ਜਦੋਂ ਜੁੜ ਗਏ ਗੁਰਮਖ ਪਿਆਰੇ ਕਿਉਂਕਿ ਕਲਗੀਆਂ ਵਾਲੇ ਨੇ ਆਪੂ ਪੜ੍ਹੀ ਹੋਵੇ ਧਿਆਨ ਦੇਣਾ ਆਪੂ ਅਰਥ ਕਰਾਏ ਹੋਣ ਤੇ ਉਹਨਾਂ ਗੁਰਸਿੱਖਾਂ ਨੂੰ ਬ੍ਰਹਮ ਗਿਆਨ ਦੀ ਸੋਝੀ ਹੋਈ ਇੱਥੋਂ ਹੀ ਇਤਿਹਾਸ ਦੀ ਲਿਖਦਾ ਹੈ ਵੀ ਦਮਦਮੀ ਟਕਸਾਲ ਦੀ ਆਰੰਭਤਾ ਇਸ ਧਰਤੀ ਤੋਂ ਇਹਨਾਂ ਦਿਨਾਂ 'ਚ ਹੁੰਦੀ ਹੈ ਜਿੱਦਣ ਮਹਾਰਾਜ ਅੰਮ੍ਰਿਤਮਈ ਬਾਣੀ ਦੇ ਅਰਥ ਬੋਧ ਇਹਨਾਂ ਗੁਰਸਿੱਖਾਂ ਨੂੰ ਖੁਦ ਕਰਵਾਉਂਦੇ ਨੇ ਸਤਗੁਰੂ ਮਹਾਰਾਜ ਇਥੋਂ ਅਗਲੀ ਮੰਜ਼ਲ ਨੂੰ ਚੱਲਣ ਦਾ ਹੁਕਮ ਸੰਗਤਾਂ ਦੇ ਸਾਹਮਣੇ ਰੱਖਿਆ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਦੋਨਾਂ ਗੁਰਸਿੱਖਾਂ ਖੜੋ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਸਾਡੇ ਲਈ ਕੀ ਹੁਕਮ ਹੈ ਮਿਹਰ ਕਰਿਓ ਸਾਡੇ ਹਿਰਦੇ ਵਿੱਚ ਤੇਰੀ ਸਿੱਖੀ ਵਸਦੀ ਰਹੇ ਭਾਈ ਮਨੀ ਸਿੰਘ ਨੂੰ ਮਹਾਰਾਜ ਸੀਨੇ ਲਾ ਕੇ ਕਹਿੰਦੇ ਨੇ ਮੇਰੇ ਬੱਚਿਆ ਸੱਚ ਇਹ ਹੈ ਤੇਰਾ ਸਰੀਰ ਤੋਂ ਬੰਦ ਬੰਦ ਜੁਦਾ ਹੋ ਜਾਏਗਾ ਪਰ ਤੇਰੇ ਹਿਰਦੇ ਵਿੱਚ ਸਿੱਖੀ ਫਿਰ ਵੀ ਵਸਦੀ ਰਹੇਗੀ ਕੱਲੀ ਤੇਰੇ ਵਿੱਚ ਨਹੀਂ ਤੇਰੇ ਪਰਿਵਾਰਾਂ ਚ ਵੀ ਸਿੱਖੀ ਵਸਦੀ ਰਹੇਗੀ ਬਾਬਾ ਦੀਪ ਸਿੰਘ ਜੀ ਸੀਸ ਧੜ ਨਾਲੋਂ ਜੁਦਾ ਹੋ ਸਕਦਾ ਪਰ ਗੁਰੂ ਨਾਨਕ ਦੀਆਂ ਰਹਿਮਤਾਂ ਸਦਾ ਤੁਹਾਡੇ ਜੀਵਨ ਵਿੱਚ ਵਰਸਦੀਆਂ ਰਹਿਣਗੀਆਂ ਮਹਾਰਾਜ ਇੱਕ ਸੇਵਾ ਲਈ ਭਾਈ ਮਨੀ ਸਿੰਘ ਤੁਹਾਡੀ ਇੱਕ ਵੱਡੀ ਸੇਵਾ ਹੈ ਤੁਸੀਂ ਇੱਥੋਂ ਹੁਣ ਸਿੱਧੇ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਤੇ ਜਾਓ ਕਿਉਂਕਿ ਅਮਰਤਸਰ ਸਾਹਿਬ ਦੀ ਧਰਤੀ ਦਾ ਪ੍ਰਬੰਧ ਯਾਦ ਰਵੇ ਪਿਆਰ ਵਾਲਿਓ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਸਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਬੰਧ ਮੀਣਿਆ ਕੋਲ ਰਿਆ ਮੀਣੇ ਕਿਹਨਾਂ ਨੂੰ ਕਿਹਾ ਜਾਂਦਾ ਬਾਬੇ ਪ੍ਰਿਥੀ ਚੰਦ ਦਾ ਪੋਤੇਆ ਬਾਬਾ ਮਿਹਰਵਾਨ ਬਾਬੇ ਮਿਹਰਵਾਨ ਦਾ ਪੋਤੇਆ ਸੋਢੀ ਹਰਜੀ ਸੋਢੀ ਹਰਜੀ ਦਾ ਪੋਤੇਆ ਸੋਢੀ ਚਤਰਪੂਜ ਚਤਰਪੂਜ ਦਾ ਅੱਗੇ ਪੋਤੇਆ ਸੋਢੀ ਕੌਲਦਾਸ ਇਹਨਾਂ ਲੋਕਾਂ ਕੋਲ ਹਰਮੰਦਰ ਸਾਹਿਬ ਦਾ ਇਹਨਾਂ ਦਾ ਕਬਜ਼ਾ ਸੀ ਪ੍ਰਬੰਧ ਇਹਨਾਂ ਕੋਲ ਰਿਆ ਸੋਢੀ ਕੌਲਦਾਸ ਸਭ ਕੁਝ ਛੱਡ ਕੇ ਮਾਲਵੇ ਦਾ ਪਿੰਡ ਹੈ ਕੋਠਾ ਗੁਰੂ ਉੱਥੇ ਅਪੜ ਗਿਆ ਤੇ ਸਤਿਗੁਰੂ ਫਿਰ ਵੀ ਇਹਨੂੰ ਕਲਗੀਆਂ ਵਾਲੇ ਸੇਨਚਾ ਬਖਸ਼ ਦਿੰਦੇ ਆ ਮਹਾਰਾਜ ਆਕੇ ਆ ਭਾਈ ਮਨੀ ਸਿੰਘ ਤੁਸੀਂ ਜਾ ਕੇ ਪ੍ਰਬੰਧ ਕਰੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਮੌਜੂਦਾ ਰੂਪ ਦੇਣਾ ਇਹਦਾ ਪ੍ਰਬੰਧ ਕਰਨਾ ਇਹਦੀ ਅੰਦਰਲੀ ਮਰਿਆਦਾ ਦੀ ਘਾਟ ਧਕੜਨੀ ਇਹ ਸਭ ਕੁਝ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਹਿੱਸੇ ਆਇਆ ਵਿਸਥਾਰ ਮੇਰਾ ਹੋ ਜਾਏਗਾ ਪਰ ਮੈਂ ਬਹੁਤ ਥੋੜੇ ਬੋਲਾਂ ਚ ਕਹਿ ਦਿਆਂ ਅੱਜ ਜਿਹੜੀ ਤੁਸੀਂ ਮਰਿਆਦਾ ਵੇਖਦੇ ਹੋ ਪਿਆਰ ਵਾਲਿਓ ਸਿੰਘ ਸਹਿਬਾਨ ਅਰਦਾਸ ਨਹੀਂ ਕਰ ਸਕਦੇ ਅਰਦਾਸੀਆ ਜਿਹੜਾ ਉਹ ਤਾਬਿਆਂ 'ਤੇ ਬਹਿ ਸਕਦਾ ਕੀਰਤਨ ਵਾਲਾ ਸਿੰਘ ਅਰਦਾਸ ਨਹੀਂ ਕਰ ਸਕਦਾ ਜਾਂ ਤਾਬਿਆਂ 'ਤੇ ਬਹਿ ਸਕਦਾ ਇਹ ਸਾਰੀ ਦੀ ਸਾਰੀ ਮਰਿਆਦਾ ਭਾਈ ਸਾਹਿਬ ਭਾਈ ਮਨੀ ਸਿੰਘ ਗੁੜਾਣੇ ਬੰਨੀ ਜਿਸ ਪੁਸਤਕ ਦਾ ਨਾਮ ਹੈ ਦਰਬਾਰ ਇਹ ਦਸਤੂਰ ਭਾਈ ਸਾਹਿਬ ਭਾਈ ਮਨੀ ਸਿੰਘ ਅੰਮ੍ਰਿਤਸਰ ਦੀ ਧਰਤੀ ਤੇ ਬੜੀਆਂ ਰਹਿਮਤਾਂ ਲਗੀਆਂ ਔਰ ਦੂਰ ਦੂਰ ਤੱਕ ਲਾਗੇ ਦੇ ਇਲਾਕੇ ਪਿੰਡਾਂ ਤੱਕ ਭਾਈ ਸਾਹਿਬ ਭਾਈ ਮਨੀ ਸਿੰਘ ਦਿਨ ਰਾਤ ਤੁਰ ਫਿਰ ਕੇ ਪਿਆਰਿਓ ਸਿੱਖੀ ਦਾ ਪ੍ਰਚਾਰ ਕੀਤਾ ਖਿਰਦਿਆਂ ਦੇ ਵਿੱਚ ਗੁਰੂ ਦੀ ਸਿੱਖੀ ਦੀ ਗੁਰਤੀ ਜਿਹੜੀ ਹੈ ਉਹ ਗੁਰਸਿੱਖ ਪਿਆਰਿਆਂ ਨੂੰ ਬਖਸ਼ਿਸ਼ ਕੀਤੀ ਸਮਾਂ ਚਾਲੇ ਚੱਲਿਆ ਬਾਬਾ ਬੰਦਾ ਸਿੰਘ ਬਹਾਦਰ 1708 ਈਸਵੀ ਵਿੱਚ ਚਲਦਾ ਹੋਇਆ ਇਸ ਇਲਾਕਾ ਗੁਰਦਾਸ ਨੰਗਲ ਦੀ ਗੜੀ ਵਿੱਚ ਆ ਗਿਆ ਜਿੱਥੇ ਸਿੱਖਾਂ ਦੇ ਵਿੱਚ ਦੋ ਭਾਗਾ ਵਿੱਚ ਇਹ ਪਿਆਰ ਵਾਲੇ ਵੰਡੇ ਗਏ ਇੱਕ ਪਾਸੇ ਬੰਦਈ ਖਾਲਸਾ ਇੱਕ ਪਾਸੇ ਤਤ ਖਾਲਸਾ ਇੱਕ ਕਹਿੰਦੇ ਨੇ ਪ੍ਰਬੰਧ ਸਾਡਾ ਹੋਵੇ ਅੰਮ੍ਰਿਤਸਰ ਦੂਜੇ ਕਹਿੰਦੇ ਨੇ ਸਾਡਾ ਭਾਈ ਮਨੀ ਸਿੰਘ ਨੂੰ ਪਤਾ ਲੱਗਾ ਉਹਨਾਂ ਇਕੱਠਿਆਂ ਕਰਕੇ ਬਾਹ ਲਿਆ ਉਹ ਪਿਆਰ ਵਾਲਿਓ ਆਪਾਂ ਸਾਰੇ ਦਸਤਾਰਾਂ ਵਾਲੇ ਆ ਪੱਗਾਂ ਵਾਲੇ ਆ ਪਿਆਰ ਵਾਲਿਓ ਜਿੱਦੇ ਅੰਦਰ ਗੁਰੂ ਦੇ ਪ੍ਰਤੀ ਨਿਮਰਤਾ ਇਹ ਪ੍ਰੇਮ ਹੈ ਭਾਉ ਹੈ ਡਰ ਹੈ ਚੇਤੇ ਰੱਖਿਓ ਜਥੇ ਬੰਦੀਆਂ ਦੇ ਵਿੱਚ ਜਾਂ ਟੁਕੜਿਆਂ ਵਿੱਚ ਕੌਮ ਨੂੰ ਕਦੇ ਨਹੀਂ ਵੰਡਣ ਦਿੰਦਾ ਉਹਨਾਂ ਇਕੱਠਿਆਂ ਕਰਕੇ ਬਿਠਾਇਆ ਕਿ ਮੇਰੇ ਗੁਰਸਿੱਖ ਪਿਆਰਿਓ ਆਪਾਂ ਨੂੰ ਗੁਰੂ ਤੇ ਭਰੋਸਾ ਹੈ ਆਪਾਂ ਦੋ ਪਰਚੀਆਂ ਲਿਖ ਕੇ ਸਰੋਵਰ ਚ ਪਾਉਨੇ ਆ ਜਿਹੜੀ ਪਰਚੀ ਤਰ ਆਈ ਉੱਤੇ ਉਹ ਅੰਮ੍ਰਿਤ ਸਰ ਦਾ ਪ੍ਰਬੰਧ ਕਰ ਲੈ ਦੂਜੇ ਚੁੱਪਚਾਪ ਇੱਕ ਪਾਸੇ ਹੋ ਜਾ ਭਾਈ ਮਨੀ ਸਿੰਘ ਦੇ ਬਚਨਾਂ ਤੇ ਦੋਨਾਂ ਧੜਿਆਂ ਫੁੱਲ ਚੜਾਏ ਤੇ ਗੁਰਸਿੱਖ ਪਿਆਰਿਆਂ ਨੂੰ ਹਰਿਮੰਦਰ ਸਾਹਿਬ ਦੀ ਸੇਵਾ ਕਰਨ ਦਾ ਸੁਭਾਗ ਮਿਲਿਆ ਸਮਾ ਫਿਰ ਚਾਲੇ ਚਲਦਾ ਗਿਆ ਹੌਲੀ ਹੌਲੀ ਬਾਬਾ ਬੰਦਾ ਸਿੰਘ ਕੌਮ ਦਾ ਇੱਕ ਮੁਖੀ ਲੀਡਰ ਬਣ ਕੇ ਆਇਆ ਉਹਦੀ 1716 ਈਸਵੀ ਦੇ ਵਿੱਚ ਸ਼ਹਾਦਤ ਹੋ ਗਈ ਉਸ ਤੋਂ ਬਾਅਦ ਕੌਮ ਦਾ ਆਗੂ ਭਾਈ ਭੱਜਾ ਭਾਈ ਮਨੀ ਸਿੰਘ ਬਣ ਕੇ ਨਿਤਰਿਆ ਭਾਈ ਮਨੀ ਸਿੰਘ ਨੇ ਕੌਮ ਨੂੰ ਵੰਡਣ ਨਹੀਂ ਦਿੱਤਾ ਟੁਕੜੇ ਨਹੀਂ ਹੋਣ ਦਿੱਤੇ ਮਾਨੋ ਜਿਵੇਂ ਇੱਕ ਮਾਂ ਬੱਚਿਆਂ ਨੂੰ ਗਲ ਨਾਲ ਲਾ ਕੇ ਰੱਖਦੀ ਏ ਉਹਨੇ ਕੌਮ ਦੇ ਹਰ ਸਿੱਖ ਤੇ ਆਪਣੇ ਨੂੰ ਗਲ ਨਾਲ ਲਾ ਕੇ ਰੱਖਿਆ ਜੋ ਸਮਾਂ ਚੱਲਦਾ ਹੈ ਜ਼ਕਰੀਆ ਖਾਨ ਦਾ ਵੇਲਾ ਹੈ ਲਾਹੌਰ ਦਾ ਉਸ ਵੇਲੇ ਨਵਾਬ ਜ਼ਕਰੀਆ ਉਹ ਨਹੀਂ ਚਾਹੁੰਦਾ ਵੀ ਸਿੱਖਾਂ ਦੀ ਤਾਕਤ ਮੁਰ ਸਰਜੀਤ ਹੋਵੇ ਸਿੱਖ ਮੁਰ ਇਕੱਠੇ ਹੋ ਜਾਣ ਕਿਉਂਕਿ ਜ਼ਕਰੀਏ ਦਾ ਵੇਲਾ ਤਾਂ ਪਿਆਰ ਵਾਲਿਓ ਇਦਾਂ ਦਾ ਜਿਸ ਦਿਨ ਸਾਡੇ ਸਿਰਾਂ ਦੇ ਮੁੱਲ ਪਏ ਅੱਜ ਤੱਕ ਦੁਨੀਆ ਵਿੱਚ ਕਿਸੇ ਕੌਮ ਦਾ ਮੁੱਲ ਨਹੀਂ ਪਿਆ ਗੁਰੂ ਨਾਨਕ ਦਾ ਸਾਜਿਆ ਹੋਇਆ ਸਿੱਖ ਸੀ ਜਿਹਦੀ ਕੋਈ ਇਤਲਾਹ ਦੇ ਉਸ ਵੇਲੇ ਦੇ ਵੀਰ ਪਈਏ ਨਾਲ ਜਾ ਕੇ ਕੋਈ ਫੜਾ ਦੇ ਤੇ 50 ਰੁਪਏ ਸਿੱਖ ਦਾ ਕੋਈ ਕਤਲ ਕਰਕੇ ਸਿਰ ਵੱਢ ਕੇ ਲੈ ਆਵੇ ਤੇ ਉਹਨੂੰ 100 ਰੁਪਇਆ ਇੱਕ ਗੱਲ ਤੇ ਜ਼ਰੂਰ ਮਾਨ ਕਰਿਓ ਪਿਆਰ ਵਾਲਿਓ ਜਿਸ ਵੇਲੇ ਹਿੰਦੁਸਤਾਨ ਦੀ ਅਸਮਤ ਹਿੰਦੁਸਤਾਨ ਦੀ ਇੱਜ਼ਤ ਗਜ਼ਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਤੇ ਵਿਖਦੀ ਸੀ ਸਾਡੇ ਸਿਰ ਦਾ ਮੁੱਲ ਉਦਣ ਵੀ 100 ਰੁਪਇਆ ਸੀ ਗੱਲ ਸਿਰਫ ਇਹ ਨਹੀਂ ਐ ਅਸੀਂ ਆਪਣੇ ਇਤਿਹਾਸ ਨੂੰ ਪਛਾਣਨ ਦਾ ਯਤਨ ਕਰੀਏ ਅਸੀਂ ਵਾਰਿਸ ਕੀਦੇ ਆ ਅਸੀਂ ਕੱਚੀਆਂ ਗੜੀਆਂ ਦੇ ਵਾਰਿਸ ਹਾਂ ਅਸੀਂ ਚਮਕੌਰ ਦੀ ਗੜੀ ਸਰਹੰਦ ਦੀਆਂ ਨੀਹਾਂ ਦੇ ਵਾਰਿਸ ਹਾਂ ਅੱਜ ਦੇ ਉੱਠੇ ਹੋਏ ਉਹਨਾਂ ਗਾਇਕਾਂ ਦੇ ਵਾਰਿਸ ਨਹੀਂ ਜਿਹੜੇ ਇੱਜ਼ਤਾਂ ਨੂੰ ਖੋਲ ਦੇ ਫਿਰਦੇ ਨੇ ਜਿਹੜੇ ਇੱਜ਼ਤਾਂ ਗਵਾਉਂਦੇ ਫਿਰਦੇ ਨੇ ਜਿਹੜੇ ਇਹ ਦੱਸਦੇ ਨੇ ਭੈਣ ਨਾਲ ਕਿਵੇਂ ਨੱਚਣਾ ਹੈ ਮਾਂ ਨਾਲ ਕਿਵੇਂ ਨੱਚਣਾ ਹੈ ਬੱਚੀਆਂ ਕੀ ਕਰਨ ਪਿਆਰ ਵਾਲਿਓ ਕੀ ਸਿੱਖੀ ਇਹ ਹੈ ਅੱਜ ਕਿਸ ਪਾਸੇ ਨੂੰ ਤੁਰਦੇ ਜਾ ਰਹੇ ਹਾਂ ਪਰ ਸਾਡੇ ਅਸਲ ਵਿੱਚ ਆਗੂ ਕੌਣ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਵੇਖਿਆ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਉਹਨਾਂ ਆਖਿਆ ਕੌਮ ਨੂੰ ਇੱਕ ਥਾਂ ਤੇ ਇਕੱਠਿਆਂ ਕੀਤਾ ਜਾਵੇ ਇਕੱਠਿਆਂ ਕਰਨ ਦਾ ਫੈਸਲਾ ਬਣਾਇਆ ਸਨ 1733 ਈਸਵੀ ਵਿੱਚ ਜ਼ਕਰੀਆ ਕਹਿਣ ਲੱਗਾ ਕੌਮ ਇਕੱਠੀ ਕਰਨੀ ਹੈ ਰਾਜ ਸਾਡਾ ਹੈ 10000 ਰੁਪਇਆ ਲਵਾਂਗੇ ਜੇ ਆਪਣੀ ਕੌਮ ਨੂੰ ਇਕੱਠਾ ਕਰਨਾ ਚਾਹੁੰਦੇ ਹੋ ਭਾਈ ਸਾਹਿਬ ਭਾਈ ਮਨੀ ਸਿੰਘ ਕਹਿੰਦੇ ਅਸੀਂ 10000 ਰੁਪਇਆ ਦੇ ਦੇਾਂਗੇ ਸਾਨੂੰ ਇੱਕ ਅਮਰਤ ਸਰ ਦੀਵਾਲੀ ਤੇ ਇਕੱਠ ਕਰਨ ਦੀ ਆਗਿਆ ਦਿੱਤੀ ਜਾਵੇ ਆਗਿਆ ਮਿਲੀ ਦੂਰ ਦੂਰ ਤੱਕ ਪੱਤਰਕਾ ਲਿਖੀਆਂ ਕੋਈ ਸਿੱਖ ਬੀਕਾਨੇਰ ਕੋਈ ਕਾਨੂੰਵਾਣ ਦੇ ਸ਼ੰਭ ਕੋਈ ਲੱਖੀ ਜੰਗਲ ਦੂਰ ਦੂਰ ਜਿੱਥੇ ਸਿੱਖ ਵਸਦਾ ਸੁਨੇਹੇ ਆਪੜੇ ਮਨ ਤੇ ਚਾ ਚੜਿਆ ਲਾਲੀਆਂ ਆਈਆਂ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਹਰਮੰਦਰ ਸਾਹਿਬ ਸਿੱਖ ਦੀ ਜਿੰਦ ਹੈ ਸਿੱਖ ਦੀ ਜਾਨ ਹੈ ਸਿੱਖ ਦਾ ਦਿਲ ਹੈ ਹਰਮੰਦਰ ਸਾਹਿਬ ਜੋਤ ਜਗਾਉਣ ਲਈ ਪਤਾ ਨਹੀਂ ਕਿੰਨੇ ਸਿੱਖ ਕੁਰਬਾਨ ਹੋ ਕੇ ਕਹਿੰਦੇ ਆ ਗੁਰੂ ਰਾਮਦਾਸ ਤੇਰੇ ਦਰ ਦੀ ਜੋਤ ਜਗ ਜਾਏ ਮੇਰੀ ਜੋਤ ਬੁਝ ਜਾਏ ਮੈਨੂੰ ਕੋਈ ਪਰਵਾਹ ਨਹੀਂ ਭਾਈ ਮਨੀ ਸਿੰਘ ਦੇ ਬੋਲ ਸੁਣੇ ਕੌਮ ਨੇ ਇਕੱਠੇ ਹੋਣਾ ਸੋਚਿਆ ਇਧਰ ਦੁਸ਼ਮਣਾਂ ਦੀ ਚਾਲ ਇੱਕੇ ਬਣ ਗਈ ਵੀ ਇੱਕ ਕੌਮ ਇੱਕ ਥਾਂ ਇਕੱਠੀ ਹੋਏਗੀ ਤੇ ਮਾਰਨਾ ਬਹੁਤ ਸੌਖਾ ਹੈ ਸੋਈਆਂ ਰਾਹੀਂ ਇਹ ਖਬਰ ਭਾਈ ਮਨੀ ਸਿੰਘ ਨੂੰ ਮਿਲੀ ਉਹਨਾਂ ਫਿਰ ਸੁਨੇਹੇ ਭੇਜੇ ਵੀ ਜਿੱਥੇ ਵੀ ਸੁਨੇਹਾ ਮਿਲੇ ਤੁਸੀਂ ਉਥੋਂ ਹੀ ਮੁੜ ਜਾਣਾ ਦੁਸ਼ਮਣ ਦੋਹਰੀ ਚਾਲ ਚੱਲਦਾ ਭਾਈ ਮਨੀ ਸਿੰਘ ਦੇ ਕਹਿਣ ਤੇ ਸਿੱਖਾਂ ਨੂੰ ਸੁਨੇਹਾ ਮਿਲਿਆ ਵਾਪਸ ਮੁੜ ਗਏ ਜ਼ਕਰੀਆ ਕਹਿਣ ਲੱਗਾ ਜੀ ਸਾਨੂੰ 10000 ਰੁਪਏ ਦਿੱਤਾ ਜਾਏ ਭਾਈ ਸਾਹਿਬ ਕਹਿੰਦੇ ਨੇ ਪੈਸੇ ਖਾ ਦੇ ਜਦੋਂ ਕੌਮ ਹੀ ਨਹੀਂ ਇਕੱਠੀ ਹੋਣ ਦਿੱਤੀ ਤੇ ਪੈਸੇ ਖਾ ਦੇ ਇਹ ਦੂਜੀ ਵਾਰੀ ਫਿਰ ਗੁਰਮਤੇ ਦੀ ਗੱਲ ਆਈ ਕਿ ਦੂਜੀ ਵਾਰੀ ਫਿਰ ਇਕੱਠ ਕੀਤਾ ਜਾਏ ਇਹਨਾਂ ਫਿਰ ਮਾਰਨ ਦੀ ਸੋਚੀ ਭਾਈ ਮਨੀ ਸਿੰਘ ਫਿਰ ਸੁਨੇਹਾ ਭੇਜਿਆ ਅਜੇ ਇਕੱਠੇ ਨਹੀਂ ਹੋਣਾ ਅਜੇ ਅਸੀਂ ਇਦਾਂ ਹੀ ਠੀਕ ਹਾਂ ਇਹ ਸਾਨੂੰ ਜਿਉਣ ਨਹੀਂ ਦੇਣਗੇ ਜਕਰੀਏ ਨੇ ਭਾਈ ਮਨੀ ਸਿੰਘ ਨੂੰ ਸਿਰਫ ਇਸੇ ਵਜ੍ਹਾ ਨਾਲ ਚ ਗ੍ਰਿਫਤਾਰ ਕਰ ਰਿਆ ਕਿ ਸਾਡੇ ਪੈਸੇ ਦਿੱਤੇ ਜਾਣ ਧਿਆਨ ਦੇਣਾ ਗੱਲ ਪੈਸਿਆਂ ਦੀ ਨਹੀਂ ਹੈ ਕੌਮ ਦਾ ਜਦੋਂ ਕੋਈ ਆਗੂ ਚੰਗੇਰਾ ਸਾਹਮਣੇ ਹੋਵੇ ਨਾ ਇੱਕ ਬੇਨਤੀ ਨਾਲ ਹੀ ਕਰਦਿਆਂ ਕੌਮ ਨੂੰ ਜਿੱਥੇ ਵੀ ਕਿਸੇ ਨੇ ਆਵਾਜ਼ ਮਾਰੀ ਆ ਅੱਜ ਵੀ ਕੌਮ ਹਮੇਸ਼ਾ ਇਕੱਠੀ ਹੁੰਦੀ ਹੈ ਪਰ ਦੁਖੜਾ ਇਹ ਵੇ ਸਾਨੂੰ ਭਾਈ ਮਨੀ ਸਿੰਘ ਵਰਗਾ ਆਗੂ ਨਹੀਂ ਮਿਲਦਾ ਇਹ ਸਾਡੀ ਪੀੜ ਹੈ ਖੈਰ ਸਿੱਖਾਂ ਨੂੰ ਪਤਾ ਲੱਗਾ ਭਾਈ ਮਨੀ ਸਿੰਘ ਦੀ ਗ੍ਰਿਫਤਾਰੀ ਹੁੰਦੀ ਐ ਤੇ ਸਿੱਖ ਕਹਿੰਦੇ ਨੇ 10000 ਰੁਪਇਆ ਕਿੱਡੀ ਕੋ ਗੱਲ ਐ ਭਾਈ ਮਨੀ ਸਿੰਘ ਸੁਨੇਹਾ ਦਿੱਤਾ ਨਹੀਂ ਗੁਰੂ ਪਿਆਰਿਓ ਗੁਰੂ ਦੀ ਗੋਲਕ ਦਾ ਜਿਹੜਾ ਪੈਸਾ ਆ ਉਹ ਐਵੇਂ ਕਿਤੇ ਖਰਾਬ ਨਾ ਕੀਤਾ ਜਾਏ ਮੈਂ ਕਦੀ ਉਹ ਸੋਚਦਾ ਅੱਜ ਕਿੰਨੇ ਗੁਰਦੁਆਰਾ ਸਾਹਿਬ ਧਿਆਨ ਦੇਣਾ ਦੇਸ਼ਾਂ ਤੇ ਵਿਦੇਸ਼ਾਂ 'ਚ ਉਹ ਆ ਜਿਨ੍ਹਾਂ ਗੁਰਦੁਆਰਿਆਂ ਦੇ ਕੇਸ ਚੱਲਦੇ ਆ ਪੈਸਾ ਸੰਗਤ ਦਾ ਆ ਪਰ ਵਕੀਲਾਂ ਨੂੰ ਦਿੱਤਾ ਜਾ ਰਿਹਾ ਜੱਜਾਂ ਨੂੰ ਦਿੱਤਾ ਜਾ ਰਿਹਾ ਸਿਰਫ ਆਪਣੀ ਚੌਦਰ ਤੇ ਫੋਕੀ ਹੰਕਾਰ ਦੇ ਬਦਲੇ ਪਿਆਰ ਵਾਲੇ ਆਪਣੇ ਇਤਿਹਾਸ ਨੂੰ ਪਛਾਣੋ ਇੱਥੇ ਗੁਰੂਆਂ ਸਿੱਖਾਂ ਨੇ ਜਿੰਦ ਕੁਰਬਾਨ ਕਰ ਦਿੱਤੀ 10000 ਰੁਪਏ ਬਦਲੇ ਪਰ ਗੁਰੂ ਦੇ ਘਰ ਚੜਾਇਆ ਹੋਇਆ ਸਿੱਖ ਦਾ ਇੱਕ ਇੱਕ ਪੈਸਾ ਚੰਗੇ ਥਾਂ ਲੱਗੇ ਕਿਸੇ ਐਵੇਂ ਵਾਧੂ ਥਾਂ ਤੇ ਨਾ ਚਲਿਆ ਜਾਏ ਭਾਈ ਮਨੀ ਸਿੰਘ ਨੇ ਜਦੋਂ ਪੈਸੇ ਦੇਣ ਤੋਂ ਇਨਕਾਰ ਕੀਤਾ ਤੇ ਜੱਜ ਨੇ ਜਿਹੜਾ ਉਸ ਵੇਲੇ ਦਾ ਇਨਕਾਰ ਕੀਤਾ ਤੇ ਜਿਹੜਾ ਉਸ ਵੇਲੇ ਦਾ ਕਾਜ਼ੀ ਆ ਉਹਨੇ ਦੋ ਫਤਵਿਆਂ ਦੀ ਗੱਲ ਕੀਤੀ ਪਹਿਲਾ ਫਤਵਾ ਇਹ ਹੈ ਭਾਈ ਮਨੀ ਸਿੰਘ ਆਪਣੇ ਆਪ ਨੂੰ ਮੁਸਲਮਾਨ ਹੋਣਾ ਪਰਵਾਣ ਕਰੇ ਆਪਣੇ ਧਰਮ ਨੂੰ ਛੱਡ ਕੇ ਈਮਾਨ ਚਾਵੇ ਤੇ ਦੂਜਾ ਫਤਵਾ ਇਹ ਵੇ ਜੇ ਇਹ ਨਹੀਂ ਮੰਨਦਾ ਤੇ ਇਹਦਾ ਬੰਦ-ਬੰਦ ਕੱਟ ਕੇ ਇਹਨੂੰ ਖਤਮ ਕਰ ਦਿੱਤਾ ਜਾਏ ਭਾਈ ਮਨੀ ਸਿੰਘ ਕਹਿੰਦੇ ਨੇ ਕਾਜ਼ੀ ਐ ਜ਼ਕਰੀਆ ਖਾਂ ਤੇਰੇ ਵੱਡੇ ਵਡੇਰੇ ਬਾਬੇ ਨਾਨਕ ਤੋਂ ਜੋਰ ਲਾ ਕੇ ਥੱਕ ਗਏ। ਨਾ ਇਹ ਘਰ ਕਦੀ ਝੁਕਿਆ ਤੇ ਨਾ ਇਹਨੇ ਕਦੇ ਝੁਕਣਾ ਹੈ ਪਰ ਪਿਆਰ ਵਾਲਿਓ ਨਾ ਲੋਕਾਂ ਦਾ ਕੀ ਕਰੀਏ ਜਿਹੜੇ ਬਾਬੇ ਨਾਨਕ ਦਾ ਬਾਣਾ ਪਾ ਕੇ ਕਦੀ ਨਾਈਆਂ ਦੀਆਂ ਕੁਰਸੀਆਂ ਦੇ ਗੁਲਾਮ ਹੋ ਜਾਂਦੇ ਨੇ ਤੇ ਕਦੀ ਆਪਾ ਆਪ ਕਿਸੇ ਦੇ ਅੱਗੇ ਰੱਖ ਦਿੰਦੇ ਨੇ। ਭਾਈ ਮਨੀ ਸਿੰਘ ਕਹਿਣ ਲੱਗੇ ਮੈਨੂੰ ਮੌਤ ਪ੍ਰਵਾਨ ਹੈ, ਸ਼ਹੀਦ ਹੋਣਾ ਪ੍ਰਵਾਨ ਹੈ। ਤੁਹਾਡੀਆਂ ਇਹਨਾਂ ਚੀਜ਼ਾਂ ਦੀ ਮੈਨੂੰ ਲੋੜ ਨਹੀਂ। ਕਾਜ਼ੀ ਇੱਕ ਗੱਲ ਹੱਸ ਕੇ ਕਹਿੰਦਾ ਹੈ ਭਾਈ ਮਨੀ ਸਿੰਘਾ ਬੁੱਢਾ ਹੋ ਗਿਆ ਮੈਂ ਪੜਿਆ ਤੇਰੇ ਘਰ ਦੀ ਬਾਣੀ ਨੂੰ ਕਿ ਮਨੁੱਖਾਂ ਜੀਵਨ ਵਾਰ-ਵਾਰ ਨਹੀਂ ਮਿਲਦਾ ਤੇ ਭਾਈ ਮਨੀ ਸਿੰਘ ਹੱਸ ਕੇ ਕਹਿੰਦੇ ਨੇ ਜੇ ਮਨੁੱਖਾਂ ਜੀਵਨ ਵਾਰ-ਵਾਰ ਨਹੀਂ ਮਿਲਦਾ ਫਿਰ ਤੈਨੂੰ ਇਹ ਵੀ ਪਤਾ ਹੋਣਾ ਸਿੱਖੀ ਵੀ ਵਾਰ-ਵਾਰ ਨਹੀਂ ਮਿਲਦੀ ਸਿੱਖੀ ਵੀ ਗੁਰੂ ਦੇ ਚਰਨਾਂ 'ਚੋਂ ਇੱਕੋ ਵਾਰੀ ਮਿਲਦੀ ਹੈ ਮੈਂ ਚਾਹਣਾ ਮੈਂ ਨਿਭਾ ਜਾਵਾਂ ਤੂੰ ਕਹਿਣਾ ਈਮਾਨ 'ਚ ਆ ਮੁਸਲਮਾਨ ਬਣ ਇਹ ਯਾਦ ਰੱਖ ਕਿ ਮੁਸਲਮਾਨ ਬਣਿਆ ਮੌਤ ਨਹੀਂ ਆਏਗੀ ਕਿ ਮੁਗਲ ਬਣਿਆ ਮੌਤ ਨਹੀਂ ਆਏਗੀ ਕਾਜ਼ੀ ਚੁੱਪ ਹੋਇਆ ਅਗਲੇ ਦਿਨ ਦਾ ਸਮਾਂ ਦਿੱਤਾ ਗਿਆ ਜਲਾਦ ਸਾਹਮਣੇ ਬੈਠਾ ਭਾਈ ਮਨੀ ਸਿੰਘ ਅੱਖਾਂ ਬੰਦੀਆਂ ਤੇ ਰਸਨਾ ਤੋਂ ਸ੍ਰੀ ਸੁਖਮਨੀ ਸਾਹਿਬ ਦੀ ਅੰਮ੍ਰਿਤਮਈ ਬਾਣੀ ਦਾ ਜਾਪ ਕਰਦੇ ਆ ਜਲਾਦ ਆਇਆ ਉਹਨੇ ਇੱਕ ਲੱਕੜ ਦੀ ਮੁੱਢੀ ਲਿਆ ਕੇ ਕੋਲ ਟੋਕਾ ਰੱਖ ਕੇ ਭਾਈ ਮਨੀ ਸਿੰਘ ਦਾ ਗੁੱਟ ਉੱਤੇ ਰੱਖਿਆ ਤੇ ਕਹਿਣ ਲੱਗੇ ਲੈ ਵੀ ਸਿੱਖਾ ਹੁਣ ਕਿਤੇ ਕੁਰਲਾਈ ਨਾ ਰੁਹੀਂ ਨਾ ਭਾਈ ਮਨੀ ਸਿੰਘ ਕਹਿਣ ਲੱਗੇ ਇੱਕ ਪਲ ਹੱਸ ਕੇ ਜ਼ਲਾਦ ਕਹਿੰਦਾ ਡਰ ਗਏ ਕਹਿਣ ਲੱਗਾ ਡਰਿਆ ਨਹੀਂ ਮੈਂ ਆਪਣੇ ਮਾਲਕ ਦੇ ਹੁਕਮ ਵਿੱਚ ਆ ਤੂੰ ਵੀ ਆਪਣੇ ਮਾਲਕ ਦਾ ਹੁਕਮ ਮੰਨ ਤੈਨੂੰ ਬੰਦ ਬੰਦ ਜੁਦਾ ਕਰਨ ਦਾ ਹੁਕਮ ਹੋਇਆ ਬੰਦ ਮੇਰੇ ਗੁੱਟ ਤੋਂ ਨਹੀਂ ਸ਼ੁਰੂ ਹੁੰਦਾ ਬੰਦ ਮੇਰੇ ਪੋਟੇ ਤੋਂ ਸ਼ੁਰੂ ਹੁੰਦਾ ਹੈ ਯਾਦ ਰੱਖਿਓ ਭਾਈ ਮਨੀ ਸਿੰਘ ਦੇ ਸਰੀਰ ਤੇ 64 ਵਰੀ ਟੋਕਾ ਚੱਲਿਆ ਉਦੇ ਸਰੀਰ ਦੇ 64 ਟੁਕੜੇ ਕੀਤੇ ਗਏ ਪਰ ਹਰ ਵਾਰ ਉਹਦੀ ਰਸਨਾ ਤੋਂ ਇੱਕੋ ਹੀ ਬੋਲ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੀ ਰਸਨਾ ਗਾਉਂਦੀ ਸੀ ਕਬੀਰ ਮੋਏ ਮਰਨੇ ਕਾ ਚਾਉ ਹੈ ਮਰੂੰ ਤਾ ਹਰ ਕੈਦਵਾਰ ਮਤ ਹਰ ਪੁੱਛੇ ਕੌਨ ਹੈ ਪਰਾ ਹਮਾਰੇ ਬਾਹਰ ਮਰਤਾ ਮਰਤਾ ਜਗ ਮੂਆ ਮਰ ਭੇਨਾ ਜਾਣੈ ਕੋਏ ਐਸੀ ਮਰਨੀ ਜੋ ਮਰੇ ਬਖਰ ਨਾ ਮਰਨਾ ਹੋਏ ਉਹ ਬਜ਼ੁਰਗ ਬਾਪੂ ਕੌਮ ਦਾ ਜ਼ਰਨੈਰ ਕੌਮ ਦਾ ਆਗੂ ਅੱਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਹੋਈ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਭਾਉਂਦਿਆਂ ਹੋਇਆਂ ਬੰਦ-ਬੰਦ ਜੁਦਾ ਹੁੰਦਿਆਂ ਹੋਇਆਂ ਸ਼ਹਾਦਤ ਜਾਨ ਪੀ ਗਿਆ ਤੇ ਵਿਦਵਾਨ ਇੱਕ ਬੋਲ ਲਿਖਦਾ ਜਿੱਥੇ ਮੁਕਦੀ ਮਜਨੂਆ ਰਾਂਝਿਆਂ ਦੀ ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ ਪਰ ਜਿਸਮ ਚੋਂ ਗਈ ਨਾ ਜਾਨ ਸਾਡੀ ਹੁੰਦਾ ਰਿਹਾ ਡਕਰੇ ਜਿਸਮ ਸਾਡਾ ਪਰ ਫਿਰ ਵੀ ਸੀ ਨਾ ਕਿਆ ਜ਼ੁਬਾਨ ਸਾਡੀ ਤਰਦੇ ਨੇ ਲੋਕ ਚਨਾ ਅੰਦਰ ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ ਤੇ ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ ਪਿਆਰ ਵਾਲੇ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਪੜੀਏ ਵਾਚੀਏ ਸਮਝੀਏ ਤੇ ਅਰਦਾਸ ਕਰੀਏ ਉਹਨਾਂ ਚਰਨਾ ਵਰਗਾ ਉਹਨਾਂ ਦੇ ਚਰਨਾ ਵਰਗਾ ਸਾਨੂੰ ਜੀਵਨ ਮਿਲ ਜਾਏ ਮਾਲਕ ਕਿਰਪਾ ਕਰੇ ਸਮਾ ਸਮਾਪਤ ਹੈ ਬੇਅੰਤ ਪੁੱਲਾਂ ਦੀ ਖਿਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ